ਆਦੂ ਤੁਹਾਨੂੰ ਇਸੇ ਕੰਮ ਲਈ ਲਿਆਉਂਦਾ ਜਿਹੜੇ ਮਗਰ ਖੜੇ ਪੜਨ ਵੇਲੇ ਦੇ ਸਮੇਂ ਚ ਖੁੱਬੀ ਬੈਠੀਆਂ ਬੀਤੀਆਂ ਯਾਦਾਂ ਦੇ ਵਿੱਚ ਡੁੱਬੀ ਬੈਠੀ ਹਾਏ ਰੱਬਾ ਉਹ ਵੇਲਾ ਮੋੜ ਲਿਆਵੇ ਕੋਈ ਵਸ ਨੀ ਚੱਲਦਾ ਸ਼ਰਨਦੀਪ ਜੀ ਕਿਸੇ ਨੂੰ ਕਿੰਜ ਭੁਲਾਵੇ ਕੋਈ ਨੀ ਖਬਰੇ ਉਹ ਵੀ ਚੇਤੇ ਕਰਦਾ ਪਿਆ ਹੋਣਾ ਮੈਂ ਵਿਆਹੀ ਆਂ ਉਹ ਵੀ ਵਿਆਹਿਆ ਗਿਆ ਹੋਣਾ ਭਲਾ ਕੌਣ ਨੀ ਮੁੰਡਾ ਜੂੜੀ ਚੇ ਸੀ ਬੰਨ ਧਰਮਾ ਕਦੇ ਹੱਸ ਕੇ ਉਹਨੇ ਜੀਵ ਹਿਲਾ ਦਿੱਤੀ ਝੂਠੀ ਤਿਉੜੀ ਮੱਥੇ ਮੈਂ ਚੜਾ ਦਿੱਤੀ ਕਦੇ ਉਹਦੇ ਸਾਈਕਲ ਦੀ ਕੱਢ ਹਵਾ ਦਿੱਤੀ ਆਵਾਜ਼ ਬਦਲ ਕੇ ਹਾਜ਼ਰੀ ਕਦੇ ਲਵਾ ਦਿੱਤੀ ਨੀ ਮੁੰਡਾ ਹਰ ਪੱਖੋਂ ਬੜਾ ਸੀ ਕਮਾਲ ਮੇਰੀ ਫਸਟ ਡਿਵੀਜ਼ਨ ਆਈ ਸੀ ਚਾਕ ਨਾਲ ਉਹਦੇ ਡੈਸਕ ਤੇ ਲਿਖੀ ਵਧਾਈ ਸੀ ਮੈਨੂੰ ਜਦੋਂ ਬੁਖਾਰ ਸਕੂਲੇ ਚੜਿਆ ਸੀ ਉਹਨੇ ਆਪਣੇ ਮੱਥੇ ਬਰਫ ਰਖਾਈ ਸੀ ਇਹਨੂੰ ਕਹਿੰਦੇ ਆ ਨਾ ਤੇਰੀ ਮੇਰੀ ਇੱਕ ਜਿੰਦੜੀ ਤੈਨੂੰ ਤਾਪ ਚੜੇ ਮੈਂ ਹੂੰ ਜਾਂ ਅੱਖ ਮੇਰੇ ਯਾਰ ਨੀ ਦੁਖੇ ਲਾਲੀ ਮੇਰੀਆਂ ਅੱਖਾਂ ਦੇ ਵਿੱਚ ਰਹਿ ਮੈਨੂੰ ਜਦੋਂ ਬੁਖਾਰ ਸਕੂਲੇ ਚੜਿਆ ਸੀ ਉਹਨੇ ਆਪਣੇ ਮੱਥੇ ਬਰਫ ਰਖਾਈ ਸੀ ਨੀ ਮੇਰੀ ਖੁਸ਼ੀ ਸੀ ਆਉਂਦੀ ਮੇਰੀ ਖੁਸ਼ੀ ਸੀ ਆਉਂਦੀ ਪੰਛੀਆਂ ਨੂੰ ਸਦਾ ਰੁੱਖ ਤੇ ਬਹਿਣ ਨਹੀਂ ਦਿੰਦੀਆਂ ਲੋੜਾਂ ਜੰਮਣ ਭੋਏ ਤੇ ਰਹਿਣ ਨਹੀਂ ਦਿੰਦੀਆਂ ਨੀ ਸੱਤ ਸਮੁੰਦਰੋਂ ਪਾਰ ਚਲਾ ਗਿਆ ਹੁਣ ਆਏ ਲੱਗਦਾ ਏ ਕਿਤੇ ਬਾਹਰ ਚਲਾ ਗਿਆ ਹੁਣ ਨਹੀਂ ਤਾਂ ਚੰਦਰਾ ਇੱਕ ਵਾਰੀ ਤਾਂ ਮੈਸੇਜ ਭੇਜਦਾ ਕੋਈ ਹੁਣ ਤਾਂ ਸੁੱਖ ਨਾਲ ਬਹੁਤ ਸਮਾਨ ਹੋ ਗਿਆ ਮੈਸੇਜ ਭੇਜਣ ਦਾ ਹਾਈਟੈਕ ਹੋ ਗਿਆ ਲੱਗਦਾ ਏ ਕਿਤੇ ਬਾਹਰ ਚਲਾ ਗਿਆ ਹੁਣ ਜਿਹੜੀ ਲਈ ਨਾ ਮੁੜ ਕੇ ਜੀ ਲੱਗਦਾ ਸਮਝ ਪਵੇ ਨਾ ਬੇਬੀ ਮੇਰਾ ਕੀ ਲੱਗਦਾ ਖਬਰੇ ਹੁਣ ਤੱਕ ਕਿਉਂ ਉਡੀਕੀ
जानिया उत्तों खुश हाँ अंदरों जी की जानिया जी की जानिया जी की जानिया उस स्कूल दे हुण तक सुपने घूम गया कुछ उथे लभदी रहनी जिद नाल सी जिंदगी चलो जिद नाल सी जिंदगी चलो जिन्ना चल सूरज सी जो